अस्सलाम वालेकुम दोस्तों, मैं मोहम्मद इरफान तो सारे पे सारा YouTube चैनल सोच अपनी अपनी सर काले दे मकाम ते मौजूद है सारे नाल ही इलाके दे वसीब दी जानित पहचानी सामाजिक शख्सियत इंजीनियर इमरान खान इशारी साहब इन्हें अलग दे नाम दी फाउंडेशन खोली हुई उन्हें दे चेयरमैन हम आज सारे नाल हम थोड़ी गुफ्तगू करें तो अपडेट रखे हैं सारे नाल सो इंफरादी तौर पर असा काफ़ी अरसे तो इन काम करें पे फाउंडेशन मुख्तलिफ स्कूल और इंडिविजुअल लेवल पर भले जो मुल्क के टाइम मौजूदा हालात लॉकडाउन उनके तकरीबन काफ़ी ज़्यादा लोग मुतासर हैं भले महसूस किए कि इतना कुछ करने की जरूरत है और पिछे असा बुनियादी तौर पर क्योंकि फूड का एक इशू आए था और हुकूमत सामने रखते हुए फाउंडेशन इंजीनियर इमरान वेलफेयर फाउंडेशन का आगाज किए और अल्हम्दुलिल्लाह इन टाइम में बेहतरीन काम करे थी। अच्छा इमरान भी तुसा ये दसा कि फाउंडेशन को खोलियो है 5 साल दा अरसा थिया पे इन 5 साल दे अरसे दे तुसा क्या-क्या खिदमत तुजे सारे जाम सारे जन कितना लोगों तक तुसा पढ़ाए मिसाल तो राशन वगैरह या कितना लोगों तुसा हेल्प कीती है। जी हाँ जी जेरा आज तो पहले खिदमत वो शायद तो आपको मैं पब्लिक तो ना कर सका ठीक बड़े ही राज आ गालियन अंडरग्राउंड कहीं दी शादी कहीं दा बीमार या इवन स्कूल्स दे जी में स्टूडेंट्स हैं बिल्कुल प्लस वाटर सप्लाई ते भी काम करेंदे पे हैं सही ऑलरेडी कुछ फिल्ट्रेशन प्लांट्स कुछ स्कूल में चलवाए हैं जी में गर्मी आंदे पे इंशाल्लाह सारी कोशिश है कि अस हर स्कूल च वाटर कूलर हर स्कूल च इंशाल्लाह ठंडे पानी दा इंतजाम करे सो ठीक है तो इंशाल्लाह ये एक सफर है चलदा पे और इंशाल्लाह चलदा रासी। अच्छा इमरान भाई जैसे तो जरी सारे इलाके दे वसीब दी लोकल कम्युनिटी है या सारे इलाके दे असबे मिसाल तो जागीरदार लोग हैं फ्यूडल लोग या जरे मिसाल तौर पे पैसा भी रखे ना या जिंदगी में काफी सरमाया है वो लोग भी थोड़ी हेल्प करने या कहना या उन्हें अपनी की थी या कहना कहना अपनी मदद आप दी रहती फाउंडेशन से चले गए। देखो इन हालात च इंफरादी तौर पे तो लोग करें देते हैं इन कोई शक वाली गल कहीं जब तक इन फाउंडेशन का ताल्लुक है ऑलमोस्ट अपनी मदद आप देता है ਜਿੰਦੇ ਵਿੱਚ ਤੁਸੀਂ ਅਗਰ ਇਹ ਵੀ ਆ ਗਿਨੋਗੇ ਪਰਸਨਲ ਰਿਸੋਰਸਸ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਕੋਈ ਨਹੀਂ ਸਹੀ ਔਰ ਇਹ ਇਲਾਕੇ ਵਿੱਚ ਨੋ ਡਾਊਟ ਕਾਫੀ ਵੱਡੇ ਵੱਡੇ ਸ਼ਖਸੀਅਤ ਹਨ ਮੁਆਸ਼ੀ ਤੌਰ ਤੇ ਬਿਲਕੁਲ ਮੁਆਸ਼ੀ ਤੌਰ ਤੇ ਮਤਲਬ ਲੇਕਿਨ ਹਾਲੇ ਤੱਕ ਕਈ ਬੰਦੇ ਟੱਚ ਕਹਿ ਨਹੀਂ ਕੀਤਾ ਕਿ ਅਸਾਂ ਇੱਕ ਪਲੇਟਫਾਰਮ ਤੋਂ ਕਰੇ ਤੇ ਮੈਂ ਉਹ ਅਸਿਸਟ ਕਰਨ ਬਾਕੀ ਜਿਹੜੇ ਸਾਡੇ ਵਸਾਇਲ ਹਨ ਅਲਹਮਦੁਲਿਲਾ ਉਹਨੇ ਕੋ ਸਾਹਮਣੇ ਰੱਖਦੇ ਹੋਏ ਇਹ ਮਿਸ਼ਨ ਚਲਾਈ ਅੱਛਾ ਇਮਰਾਨ ਭਾਈ ਇਹ ਪਾਕਿਸਤਾਨ ਦਾ ਜਿਹੜਾ ਮਸਲਾ ਹੁੰਦਾ ਹੈ ਅਕਸਰ ਕਾਫੀ ਸਾਰੇ ਫਾਊਂਡੇਸ਼ਨ ਹਨ ਜਿਹੜੇ ਰਜਿਸਟਰ ਕਰਨ ਬੰਦ ਥੀ ਗਏ ਹਨ ਗਵਰਨਮੈਂਟ ਆਫ ਪਾਕਿਸਤਾਨ ਨੇ ਬੰਦ ਕਰ ਦਿੱਤੀ ਹੈ ਕੋਈ ਗੈਰ ਮੁਲਕ ਦੇ ਏਜੰਡੇ ਦਾ ਕੰਮ ਕਰਨੇ ਪਰ ਕਹਿੰਦੇ ਕੋਈ ਗਲਤ ਮਕਸਦ ਹੈ ਕਿ ਜਿਹੜੀ ਤੁਹਾਡੀ ਇੰਜੀਨੀਅਰ ਇਮਰਾਨ ਲਿਸ਼ਾਰੀ ਵੈਲਫੇਅਰ ਫਾਊਂਡੇਸ਼ਨ ਹੈ ਇਹ ਗਵਰਨਮੈਂਟ ਆਫ ਪਾਕਿਸਤਾਨ ਦੇ ਰਜਿਸਟਰ ਹੈ ਅਗਰ ਰਜਿਸਟਰ ਹੈ ਤਾਂ ਕਿਹੜੇ ਇਦਾਰੇ ਦਾ ਰਜਿਸਟਰ ਹੈ ਇਹ ਦੇਖੋ ਭਾਈ ਅਸਲ ਵਿੱਚ ਇਹ ਇਸ਼ੂ ਇਹ ਨਹੀਂ ਜਿਵੇਂ ਸਾਕੂ ਇਹ ਮਾਮਲਾ ਪਬਲਿਕ ਦਾ ਹੈ बेसिकली थोड़े माजी कुछ एनजीओज गलत एजेंडे काम करेंदा पिया बिल्कुल
ਜਿਵੇਂ ਤੁਸਾਂ ਔਰ ਮੈਂ ਅਸਾਂ ਇਹ ਮੁਲਕ ਦੇ ਸ਼ਹਿਰੀ ਹੈ, ਅਸਾਂ ਇੱਥੋਂ ਦੇ ਲੋਕਲ ਲੋਕ ਹੈ, ਅਸਾਂ ਇੰਡੀਵਿਜੁਅਲੀ ਵੀ ਕਰੂੰ ਤਾਂ ਓਕੇ, ਹਰ ਬੰਦਾ ਐਪਰੀਸ਼ੀਏਟ ਕਰੇ ਸੀ, ਅਸਾਂ ਬਗੈਰ ਨਾਂ ਤੋਂ ਵੀ ਕਰ ਸਕਦੇ ਹਾਂ ਅਗਰ ਫਾਊਂਡੇਸ਼ਨ ਰਜਿਸਟਰਡ ਹੈ ਤਾਂ ਵੈਲ, ਜੇ ਅਸੀਂ ਕਰ ਖੈਰ ਜਿਵੇਂ ਤੁਸਾਂ ਜਾਂ ਮੈਂ ਇੰਡੀਵਿਜੁਅਲ ਲੈਵਲ 'ਤੇ ਵੀ ਕਰ ਸਕਦੇ ਹਾਂ ਅਤੇ ਕੋਈ ਰਿਸਟ੍ਰਿਕਸ਼ਨ ਨਹੀਂ, ਕੋਈ ਵੀ ਬੰਦਾ ਕਰ ਸਕਦੇ, ਬੇਸਿਕ ਫੰਕਸ਼ਨ ਉਹ ਹੋਏ। ਅਗਰ ਮੈਂ ਇੰਡੀਵਿਜੁਅਲ ਕਰਦਾ ਪਿਆ ਓਕੇ, ਅਗਰ ਮੈਂ ਫਾਊਂਡੇਸ਼ਨ ਨਾਲ ਕਰਦਾ ਪਿਆ ਰਜਿਸਟਰਡ, ਉਹ ਵੀ ਇੱਕ ਅਸਿਸਟੈਂਸ ਹੈ। ਬਹਰਲ ਅਸਾਂ SECB ਤੋਂ ਰਜਿਸਟਰਡ ਹੈ, ਉਹ ਵੀ ਜ਼ਰੂਰਤ ਤਾਂ ਮਹਿਸੂਸ ਕੀਤੀ ਹੈ ਕਿ ਇੱਕ ਥੋੜ੍ਹਾ ਜਿਹਾ ਐਕਸਪੈਂਡ ਕਰਨ ਹੈ, ਇੱਕ ਬਾਕਾਇਦਾ ਇੱਕ ਫੋਰਮ ਬਣਾ ਕੇ ਇੱਕ ਮਜ਼ੀਦ ਅਸਾਂ ਵਸਤ ਦੇਵਣੀ ਹੈ ਔਰ ਮਜ਼ੀਦ ਅਸਾਂ ਇਹ ਕੰਮ ਨੂੰ ਫੈਲਾਉਣਾ। ਅੱਛਾ ਇਮਰਾਨ ਵੀ ਤੁਸੀਂ ਦੱਸੇ ਤੋ ਕਿ ਤੁਸੀਂ ਫਾਊਂਡੇਸ਼ਨ ਦੇ ਖੋਲੀ ਤਾਂ ਜਿਹੜੀ ਗੱਲ ਗਰਾਊਂਡ ਤੇ ਕੰਮ ਕਰਨਾ ਪਿਆ, ਤੁਸੀਂ ਤੁਹਾਡਾ ਇਮਦਾਦ ਦਾ ਜਿਹੜਾ ਰਾਸ਼ਨ ਦਾ ਇਲਾ ਮਿਸਾਲ ਤਕਸੀਮ ਕਰਨ ਦਾ ਏਰੀਆ ਕੀ ਕੀਤਾ, ਤੁਸੀਂ ਕਿੱਥੋਂ ਕਿ ਕੀ ਤੱਕ ਕੰਮ ਕਰਨਾ ਪਿਆ, ਜਾਂ ਆਪਣੇ ਸਿਟੀ ਕਾਲਜ ਵਿੱਚ ਕੰਮ ਕਰਨਾ ਪਿਆ, ਇਹਦੇ ਵੀ ਤੁਹਾਡਾ ਕੰਮ ਫੈਲਿਆ ਹੋਇਆ। ਦੇਖੋ ਜੀ, ਜਿਹੜਾ ਜਜ਼ਬਾ ਹੈ ਉਹ ਤਾਂ ਇਹ ਹੈ ਕਿ ਕਾਸ਼ ਅਸਾਂ ਪੂਰੇ ਪਾਕਿਸਤਾਨ ਵਿੱਚ ਕੰਮ ਕਰ ਸਕੋ, ਠੀਕ ਹੈ। ਬਹਰਹਾਲ ਰਿਸੋਰਸਿਸ ਵੀ ਮੈਟਰ ਕਰਦੇ ਹਨ, ਬਿਲਕੁਲ, ਅਤੇ ਆਪਣਾ ਲੋਕਲ ਏਰੀਆ ਬਿਲਕੁਲ ਸਾਡਾ ਦਾਇਰਾਕਾਰ ਕੋਈ ਨਹੀਂ, ਤੁਸੀਂ ਆਖ ਸਕਦੇ ਹੋ ਕੋਈ 60 ਕਿਲੋਮੀਟਰ ਦਾ ਜਿਹੜਾ ਪੈਰਾਮੀਟਰ ਹੈ ਉਹਦੇ ਵਿੱਚ ਅਸਾਂ ਕੰਮ ਕਰਦੇ ਪਏ, ਜਿਹਦੇ ਵਿੱਚ ਏਡੋ ਅਗਰ ਤੁਸੀਂ ਸ਼ਾਹ ਸਦਰਦੀਨ ਤੱਕ ਵੇਂਦੇ ਹੋ, ਸ਼ਾਦਾ ਲੁੰਡ ਤੱਕ, ਜਾਂ ਏਡੋ ਕੱਚਾ ਆਬਾਦਿਆ ਹੈ, ਅਤੇ ਅਲਹਮਦੁਲਿਲਾ ਇੱਕ ਐਕਸਪੈਂਡ ਕਰਦੇ ਪਏ। ਇਨਸ਼ਾਅੱਲਾ ਉਮੀਦ ਹੈ ਵੈਰੀ ਸੋਨ ਇੱਕ ਡੀਜੀ ਖਾਨ ਡਿਸਟ੍ਰਿਕਟ ਲੈਵਲ 'ਤੇ ਨਹੀਂ ਸੁਣ ਵਾਲੀ ਡਿਵੀਜ਼ਨ, ਔਰ ਇਨਸ਼ਾਅੱਲਾ ਇਨਸ਼ਾਅੱਲਾ ਜਿਹੜੀ ਕੋਸ਼ਿਸ਼ ਹੈ ਉਹ ਇਹ ਕਿ ਪੂਰੇ ਪਾਕਿਸਤਾਨ ਤੱਕ ਐਕਸਪੈਂਡ ਕਰੂੰ, ਔਰ ਕੋਈ ਵੀ ਮੁਸ਼ਕਿਲ ਵਕਤ ਹੁੰਦੇ ਬੀਂਗ ਪਾਕਿਸਤਾਨੀ ਅਸਾਂ ਆਪਣਾ ਰੋਲ ਪਲੇ ਕਰੂੰ। ਅੱਛਾ, ਇਹ ਇੱਕ ਸੋਸ਼ਲ ਵਰਕਰ ਇਹ ਵਸੇਬ ਦੇ ਵਿੱਚ ਰਹਿ ਕੇ ਕੰਮ ਕੀਤਾ ਗਿਆ, ਸਾਡੇ ਇਹ ਵਸੇਬ ਤੋਂ ਸਾਡੇ ਇਲਾਕੇ ਦੇ ਵਿੱਚ ਤਬੂ ਕਿਆ ਕਿਆ ਮਸਾਇਲ ਲੱਗਣਗੇ ਸਾਡੇ ਇੱਥੇ ਲੋਕਾਂ ਦੇ, ਕਿਆ ਮਸਾਇਲ ਹਨ ਮੇਨ? ਦੇਖੋ ਮਸਾਇਲ ਤਾਂ ਬੇਸਿਕਲੀ ਗੁਰਬਤ ਇੱਥੋਂ ਦਾ ਬਹੁਤ ਵੱਡਾ ਮਸਲਾ ਹੈ, ਠੀਕ ਹੈ, ਔਰ ਗੁਰਬਤ ਹੀ ਬਾਕੀ ਮਸਾਇਲ ਨੂੰ ਜਨਮ ਦਿੰਦੀ ਹੈ। ਬਿਲਕੁਲ, ਪਾਣੀ ਦੇ ਵੀ ਮਸਾਇਲ ਹੈ, ਨਹੀਂ ਤਾਂ ਐਜੂਕੇਸ਼ਨ ਦੇ ਵੀ ਮਸਾਇਲ ਹਨ, ਬਹੁਤ ਸਾਰੇ ਲੋਕ ਹਨ ਜਿਹੜੇ ਫੀਸਿਸ ਪੇ ਨਹੀਂ ਕਰ ਸਕਦੇ, ਔਰ ਯਕੀਨਨ ਲੋਕਾਂ ਦੇ ਮਸਾਇਲ ਕਮ ਹਨ, ਔਰ ਹੁਣ ਇੱਕ ਇਸ਼ੂ ਇੱਦਾਂ ਵੀ ਆਉਂਦਾ ਪਿਆ ਅਗਰ ਮਸਾਇਲ ਦੇ ਹਵਾਲੇ ਨਾਲ, ਇਹ ਜਿਹੜੀ ਕਰੰਟ ਸੂਰਤ ਹਾਲ ਹੈ ਉਹ ਇਹ ਹੈ ਕਿ ਲੋਕ ਇਹ ਚੀਜ਼ ਨੂੰ ਸਮਝਦੇ ਨਹੀਂ ਪਏ ਕਿ ਇਹ ਟਾਈਮ ਕਿਹੜੇ ਲੋਕ ਜ਼ਰੂਰਤ ਮੰਦ ਹਨ। ਮਿਸਾਲ ਦੇ ਤੌਰ 'ਤੇ ਤੁਸੀਂ ਅਗਰ ਇਰਾਦਾ ਕਰਦੇ ਹੋ ਕਿ ਤੁਸੀਂ 20 ਬੰਦਿਆਂ ਨੂੰ ਅਸਿਸਟ ਕਰਨਾ ਹੈ, ਇੱਥੇ ਤੁਹਾਨੂੰ 5 ਬੰਦਾ ਉਹ ਆ ਗਏ ਸੀ ਜਿਹੜਾ ਰੀਅਲ ਸੈਂਸ ਦੇ ਜ਼ਰੂਰਤਮੰਦ ਕਹਿ ਨਹੀਂ, ਮਤਲਬ ਜਿਹੜਾ ਆਪਣਾ ਨਿਜ਼ਾਮ ਚਲਾ ਸਕਦੇ ਉਹਦੀ ਵੀ ਕੋਸ਼ਿਸ਼ ਹੈ ਕਿ ਯਾਰ ਮੈਂ ਕੋਈ ਮੁਫਤ ਕੋਈ ਸਮਾਨ ਮਿਲ ਰਹੀ ਹੈ, ਅਤੇ ਇਹ ਚੀਜ਼ ਦਾ ਇੱਕ ਬਹੁਤ ਵੱਡਾ ਇਸ਼ੂ ਹੈ, ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਅਗਰ ਤੁਸੀਂ ਆਪਣਾ ਨਿਜ਼ਾਮੀ ਜ਼ਿੰਦਗੀ ਚਲਾ ਸਕਦੇ ਹੋ ਤਾਂ ਇਹ ਬਿਹਤਰੀਨ ਹੈ ਕਿ ਤੁਸੀਂ ਖੁਦ ਚਲਾਓ ਅੱਲਾਹ ਦੀ ਰਜ਼ਾ ਇਹ ਵਿੱਚ, ਤਾਂ ਕਿ ਤੁਸਾਂ ਜਿਹੜਾ ਛੋੜੇ ਸੋ ਉਹ ਜ਼ਰੂਰਤਮੰਦ ਤੱਕ ਪਹੁੰਚ ਸੀ। ਇਹ ਟਾਈਮ ਇਹ ਇੱਕ ਇਸ਼ੂ ਹੈ, ਸਾਨੂੰ ਸੋਚਣਾ ਚਾਹੀਦਾ ਹੈ ਔਰ ਲੋਕਾਂ ਨੂੰ ਇਹ ਚੀਜ਼ ਨੂੰ ਸਮਝਣਾ ਚਾਹੀਦਾ। ਅੱਛਾ ਇਮਰਾਨ ਭਾਈ, ਤੁਸੀਂ ਇਹ ਚੀਜ਼ ਦੱਸੋ, ਜ਼ਾਹਿਰੀ ਗੱਲ ਹੈ ਪਾਕਿਸਤਾਨੀ ਕੌਮ ਹੈ, ਤੁਹਾਡਾ ਬਜਟ ਬੰਦਾ ਜਾਂ ਤੁਹਾਡੇ ਕੀ ਤਰੀਕਾ ਕਾਰਨ 20 ਬੰਦੇ ਤੱਕ ਰਾਸ਼ਨ ਨਹੀਂ ਹੁੰਦੇ, 5 ਬੰਦੇ ਤੱਕ ਰਾਸ਼ਨ ਨਹੀਂ ਹੁੰਦੇ, ਉੱਥੋਂ ਬੰਦਾ 100 ਨਿਕਲਦਾ, 150 ਨਿਕਲਦਾ, 200 ਨਿਕਲਦਾ, ਇਹ ਮਸਾਇਲ ਪੇਸ਼ ਹਨ, ਤੁਸੀਂ ਕਿਹੜੇ ਤਰੀਕੇ ਨਾਲ ਮੈਨੇਜ ਕਰਦੇ ਹੋ? ਇਹ ਦੇਖੋ ਸਰ, ਇਹ ਟਾਈਮ ਅਲਮੀਆ ਹੈ, ਮੈਂ ਪਹਿਲੇ ਵੀ ਦੱਸਿਆ ਕਿ ਇੱਥਾਂ ਪਤਾ ਹੀ ਕਹਿ ਨਹੀਂ ਕਿ ਕਹਿ ਡੈਵਣੇ ਔਰ ਕਹਿ ਗਿਣਨੇ, ਠੀਕ ਹੈ, ਜਾਂ ਕਹਿ ਕੋ ਡੈਵਣੇ ਔਰ ਕਹਿ ਗਿਣਨੇ ਔਰ ਕਹਿ ਨਹੀਂ ਗਿਣਨਾ, ਇਹ ਇੱਕ ਇਸ਼ੂ ਹੈ, ਇੱਕ ਮੇਰੇ ਅੰਦਾਜ਼ੇ ਵਿੱਚ ਐਜ਼ ਆ ਕੌਮ ਸਾਨੂੰ ਐਡਰੈਸ ਕਰਨਾ ਪਊਸੀ, ਸਹੀ ਹੈ, ਬਿਲਕੁਲ, ਤਾਂ ਕਿ ਅਗਰ ਜ਼ਿੰਦਗੀ ਵਿੱਚ ਆਉਣ ਵਾਲੇ ਫਿਊਚਰ ਵਿੱਚ ਕੋਈ ਕ੍ਰਾਈਸਿਸ ਆਉਂਦੇ ਨਾ, ਉਹਨਾਂ ਦੀ ਮੈਨੇਜਮੈਂਟ ਈਜ਼ੀ ਹੋਵੇ। ਹੁਣ ਇਸ਼ੂ ਕਿਵੇਂ ਸੋਲਵ ਕੀਤੀ ਸੀ, ਇਹਦੇ ਵਿੱਚ ਦੇਖੋ ਸਾਰੇ ਜਿਹੜੇ ਉਲਮਾ ਹਜ਼ਰਾਤ ਨੇ ਉਹਨਾਂ ਵੀ ਆਪਣਾ ਰੋਲ ਪਲੇ ਕਰਨੇ, ਲੋਕਾਂ ਨੂੰ ਸਮਝਾਉਣੇ ਕਿ ਤੁਸੀਂ ਕਿਹੜੇ ਜ਼ਰੂਰਤ ਮੰਦ ਦਿੰਦੇ ਹੋ। ਬਿਲਕੁਲ, ਅੱਛਾ, ਸਾਰੇ ਜਿਹੜੇ ਸਿਵਲ ਸੁਸਾਇਟੀਜ਼ ਦੇ ਲੋਕ ਨੇ ਉਹਨੇ ਵੀ ਲੋਕਾਂ ਨੂੰ ਸਮਝਾਉਣੇ ਕਿ ਤੁਸੀਂ ਕਿਹੜੀ ਸੂਰਤ ਵਿੱਚ ਇਹ ਇਮਦਾਦ ਗਿਣਨੀ ਹੈ, ਜਾਂ ਕਈ ਇਦਾਰੇ ਕੋਲੋਂ ਕੋਈ ਅਸਿਸਟੈਂਸ ਗਿਣਨੀ ਹੈ, ਜਿਹੜੇ ਤੁਹਾਡੇ ਜਵਾਨ ਹਨ ਪੜ੍ਹੇ ਲਿਖੇ ਲੋਕ ਹਨ ਉਹਨੇ ਵੀ ਸਮਝਾਉਣੇ, ਤਾਂ ਕਿ ਦੇਖੋ ਹੁਣ ਇਹਨੇ ਹਾਲਾਤ ਵਿੱਚ ਅਗਰ ਕੋਈ ਬੰਦਾ ਬਾਇਜ਼ਾ ਤਰੀਕੇ ਨਾਲ ਆਪਣਾ ਨਿਜ਼ਾਮ ਚਲਾਉਂਦਾ ਪਏ ਨਾ, ਉਹਦਾ ਮੈਂਟਲ ਲੈਵਲ ਇਹ ਹੋਵੇ ਕਿ ਉਹ ਬੜਾ ਕੌਨਫੀਡੈਂਟ ਸੀ ਕਿ ਤੁਰੇ ਕਿ ਯਾਰ ਮੈਂ ਕੋਈ ਜ਼ਰੂਰਤ ਕਹਿ ਨਹੀਂ, ਇਹ ਸੂਰਤ ਦੇ ਜਿਹੜੇ ਤੁਹਾਡੇ ਰੀਅਲ ਨੀਡੀ ਲੋਕ ਹਨ ਉਹ ਲੋਕੇਟ ਦੀ ਸਨ, ਉਹ ਤੁਹਾਨੂੰ ਮਿਲ ਸਨ, ਅਤੇ ਇਹਦੇ ਵਿੱਚ ਹਰ ਬੰਦੇ ਕੋਲ ਆਪਣਾ ਆਪਣਾ ਰੋਲ ਪਲੇ ਕਰਨਾ ਚਾਹੀਦਾ,
ਕਿ ਲੋਕਾਂ ਨੂੰ ਸਮਝਾਇਆ ਵੀ ਰਿਹਾ ਕਿ ਕਿਹੜੀ ਸੂਰਤ ਵਿੱਚ ਜਿਹੜੇ ਤੁਹਾਡੇ ਕੋਲੋਂ ਵਸਾਇਲ ਕਹਿਣ ਕਿ ਤੁਸੀਂ ਤਾਂ ਹੀ ਗਿਣੋ ਵਰਨਾ ਇਹ ਅੱਛਾ ਨਾ ਸਮਝੋ ਅੱਛਾ ਨਾ ਸਮਝੋ ਬਿਲਕੁਲ ਜੀ ਪਿੱਛੇ ਤੁਹਾਡੇ ਮਸਾਇਲ ਹਾਲ ਬਹੁਤ ਲਿਮਿਟਡ ਲੋਕ ਬਚ ਹੋਏ ਸਨ ਜੋ ਕਿ ਮੁਆਸ਼ਰੇ ਵਿੱਚ ਉਹਨਾਂ ਨੂੰ ਕਾਊਂਟਰ ਕਰਨਾ ਬਹੁਤ ਈਜ਼ੀ ਥੀ ਰਹੀ ਸੀ ਬਿਲਕੁਲ ਅੱਛਾ ਤੁਸੀਂ ਅਗਾਂ ਦੇ ਆਖਰ ਵਿੱਚ ਜਿਹੜੇ ਮੁਖਈਰ ਹਜ਼ਰਤ ਹਨ ਜਿਹੜੇ ਮਾਲੀ ਤੌਰ ਤੇ ਮਜ਼ਬੂਤ ਹਨ ਮਾਸ਼ੀ ਤੌਰ ਤੇ ਮਜ਼ਬੂਤ ਹਨ ਤੁਸੀਂ ਉਹਨਾਂ ਲੋਕਾਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਇਸ ਸੂਰਤ ਹਾਲ ਦੇ ਵਿੱਚ ਦੇਖੋ ਉਹਨੇ ਵਾਸਤੇ ਮੈਰਾ ਜੋ ਪੈਗਾਮ ਹੈ ਕਿ ਡੂ ਆਰ ਡਾਈ ਵਾਲੀ ਸਿਚੁਏਸ਼ਨ ਹੈ ਬਿਲਕੁਲ ਇਹਦੇ ਵਿੱਚ ਦਿਲ ਵੱਡਾ ਕਰਨਾ ਹੈ ਬੇਸਿਕਲੀ ਔਰ ਕੁਝ ਵੀ ਨਹੀਂ ਕਰਨਾ ਜਿਹੜੇ ਤੁਸੀਂ ਦਿਲ ਵੱਡਾ ਕਰਨਾ ਸ਼ੁਰੂ ਕਰ ਬੈਸੋ ਤੁਸੀਂ ਇਹ ਇੱਕ ਜੁਆੜੇ ਸੋਚ ਕੇ ਸੁਣੋ ਕਿ ਅੱਲਾ ਨਾ ਕਰੇ ਮੈਂ ਕੋਈ ਭੁੱਖਾ ਸੁਣਨਾ ਪੈ ਵੀ ਤੇ ਉਹਦੇ ਕਿਆ ਅਸਰਾਤ ਹਨ ਔਰ ਇਹ ਇਹ ਵਸਾਇਲ ਇਹ ਪੈਸਾ ਇਹ ਸਾਰਾ ਚੀਜ਼ਾਂ ਵਾਪਸ ਆ ਵੇਂਦਨ ਲੇਕਿਨ ਇਹ ਵਕਤ ਵਾਪਸ ਨਹੀਂ ਆਉਂਦੇ ਇਹ ਮੁਸ਼ਕਿਲ ਵਕਤ ਯਕੀਨਨ ਟਲ ਵੀ ਸੀ ਮੁਖੈਰ ਹਜ਼ਰਾਤ ਕੋਲੋਂ ਮੇਰੀ ਇਹ ਅਪੀਲ ਹੈ ਕਿ ਤੁਸੀਂ ਇੰਡੀਵਿਜੁਅਲ ਲੈਵਲ 'ਤੇ ਕਰੋ ਇਹ ਕੋਸ਼ਿਸ਼ ਕਰੋ ਕਿ ਤੁਹਾਡੇ ਜਿਹੜੇ ਇਰਦ ਗਿਰਦ 8-10 ਘਰ ਹਨ ਉਹ ਸ਼ਾਮ ਨੂੰ ਅਸ਼ੋਰ ਕਰੋ ਕਿ ਉਹ ਖਾਣਾ ਵਗੈਰਾ ਖਾ ਕੇ ਸੁਣਦੇ ਹਨ ਉਹਨਾਂ ਕੋਲੋਂ ਰਿਸੋਰਸਿਸ ਹਨ ਔਰ ਇਵੇਂ ਹੀ ਇਹ ਬੇਸਿਕਲੀ ਚਿਰਾਗ ਨਾਲ ਚਿਰਾਗ ਚੱਲਣਾ ਅਗਰ ਮੈਂ ਇਹ ਆਖਾਂ ਕਿ ਮੈਂ ਇਕੱਲਾ ਬਹੁਤ ਕੁਛ ਕਰ ਸਕਾਂ ਤਾਂ ਮੈਂ ਕੁਛ ਵੀ ਨਾ ਕਰ ਸਕਾਂ ਔਰ ਬਾਕੀ ਸਾਡਾ ਵੀ ਪਲੇਟਫਾਰਮ ਹੈ ਅਗਰ ਕੋਈ ਬੰਦਾ ਇਹਨੂੰ ਇਸਤੇਮਾਲ ਕਰਨਾ ਚਾਹੁੰਦੇ ਤੇ ਵੈਲਕਮ ਆ ਕੇ ਸਾਡੇ ਨਾਲ ਕੰਮ ਕਰੇ ਡੋਨੇਟ ਕਰੇ ਇਨਸ਼ਾਅੱਲਾ ਸਾਡਾ ਇਹ ਮਿਸ਼ਨ ਹੈ ਕਿ ਅਸਾਂ ਹਰ ਜ਼ਰੂਰਤਮੰਦ ਤੱਕ ਪਹੁੰਚਣੇ ਔਰ ਪਹੁੰਚ ਸਕੋ ਇਨਸ਼ਾਅੱਲਾ